ਤਾਂ ਕੁੱਟਤੇ ਹੁਣ ਜਾ ਕੇ ਉਹਨਾਂ ਨੂੰ ਠਾਉਣੀ ਆ ਹੋਰ ਤਾਰਾਂ ਦੇ ਸ਼ਾਮੇ ਸ਼ਾਮੇ ਰੱਖੀ ਦਾ ਵਰਤ ਤਾਂ ਪਾਲੀ ਉੱਤ ਉੱਠ ਖੜੋ ਦਿਨ ਚੜ ਜੂਗਾ ਇਹ ਤਾਂ ਤਾਰਾਂ ਦੀ ਛਾਵੇਂ ਛਾਵੇਂ ਵਰਤ ਰੱਖੀ ਦਾ ਹੁੰਦਾ ਹਾਂ ਮੰਮੀ ਮੈਂ ਤਾਂ ਨਾਲੀ ਸੀਗੀ ਬਸ ਆਉਂਦੀ ਉਹ ਸੀਗੀ ਕੁੱਟਦੀ ਮਾਂ ਚੂਰੀ ਹਾਂ ਕੁੱਟੀ ਪਈ ਪੁੱਤ ਗੂਰੀ ਪੁੱਤ ਗੂਰੀ ਉਹਨੂੰ ਵੀ ਆਵਾਜ਼ ਮਾਰ ਲਓ ਉਹਨੂੰ ਤਾਂ ਹਜੇ ਪਤਾ ਚੱਲ ਮੇਰਾ ਤਾਂ ਪਹਿਲਾਂ ਹੀ ਵਰਤ ਹੈ ਕਿਵੇਂ ਰੱਖਿਆ ਆ ਜਾ ਪੁੱਤ ਹਾਂ ਮੈਂ ਤਾਂ ਹਾਏ ਵਾਲਾ ਸੋਹਣਾ ਲੱਗਦਾ ਤੁਹਾਡੇ ਸੂਟ ਪਾਇਆ ਹੋਇਆ ਬਸ ਮੰਮੀ ਤੂੰ ਪੰਪ ਘੱਟ ਦਿਆ ਕਰ ਓਹੋ ਲੈ ਪੰਪ ਲਈ ਮਿਲੀ ਹੋਈਆਂ ਗੱਲ ਸੁਣੋ ਚੂਰੀ ਚੱਕ ਲਿਓ ਆਪਣੀ ਫਿਰ ਖਾ ਲਈ ਆਓ ਪਈਆ ਪੁੱਤ ਕੌਲੇ ਚ ਚੱਲ ਮਾਂ ਇਹ ਤਾਂ ਤੂੰ ਬਾਲੇ ਹੀ ਵਧੀਆ ਕਰੇ ਤੇ ਚੂਰੀ ਕੁੱਟਦੀ ਨਹੀਂ ਸਾਥੋਂ ਤਾਂ ਕਿੱਥੇ ਕੁੱਟੀ ਜਾਣੀ ਸੀ ਨਾ ਨਾ ਇਹ ਜੀ ਦਾ ਕੀ ਗੱਲ ਮੈਂ ਤਾਂ ਮੈਂ ਕਿਹਾ ਤਾਂ ਹੁਣ ਮੈਂ ਆਹੀ ਸੂਟ ਪਾ ਲਿਆ ਠੀਕ ਕੀਤਾ ਨਾ ਫਿਰ ਮੈਂ ਕਿਹਾ ਚੱਲ ਬਦਲ ਲਾ ਜਦੋਂ ਤਿਆਰੀਆਂ ਨਹੀਂ ਲੋਟ ਆਉਣੀਆਂ ਸੀ ਤਾਂ ਬੇਬੇ ਜਿਹੜੀ ਆਪਾਂ ਨੂੰ ਚੂਰੀ ਮੇਰੀ ਗੱਲ ਸੁਣ ਹੁਣ ਤਾਂ ਤੁਸੀਂ ਇਹ ਸੂਟ ਪਾ ਲੇ ਕਹਾਣੀ ਸੁਣਨ ਵੇਲੇ ਹੋਰ ਪਾ ਲਿਓ ਆਹੋ ਚੱਲ ਆਪਾਂ ਹੀ ਕਰ ਲਾਂ ਫਿਰ ਅਰਗ ਦੇ ਕੇ ਤਾਂ ਅਰਗ ਦੇਣ ਟਿਕਟ ਤਾਂ ਉਹੀ ਰੱਖਣੇ ਆ ਹੁਣ ਬਦਲ ਸਕਦੇ ਜਦੋਂ ਤੂੰ ਕਹਾਣੀ ਸੁਣਨ ਤੋਂ ਪਹਿਲਾਂ ਠੀਕ ਹੈ ਠੀਕ ਹੈ ਨਾ ਹੁਣ ਤੁਸੀਂ ਚੂਰੀ ਖਾ ਲਓ ਕੋਈ ਨਾ ਖਾ ਲਓ ਹਾਂ ਤੜਕੀ ਤੜਕੀ ਤਾਂ ਭੁੱਖ ਜੀ ਵੀ ਲੱਗਦੀ ਖਾਈ ਲੈ ਨਾ ਪੁੱਤ ਮੈਂ ਤਾਂ ਨਹੀਂ ਖਾਂਦੀ ਬੇਬੇ ਤੂੰ ਨਹੀਂ ਵਰਤ ਰੱਖਦੀ ਐਤਕੀ ਮੈਂ ਨਹੀਂ ਰੱਖਦੀ ਨਾਲੇ ਭਾਬੀ ਇੱਕ ਗੱਲ ਹੋਰ ਇੱਕ ਗੱਲੋਂ ਤਾਂ ਆਪਾਂ ਨੂੰ ਸੌਖਾ ਹੋ ਗਿਆ ਉਹ ਕਿਵੇਂ ਅੱਜ ਰੋਟੀਆਂ ਵੀ ਬੇਬੇ ਦੇ ਤੇ ਬਾਈ ਦੀ ਹੋਣਗੀਆਂ ਸਹੀ ਗੱਲ ਹੈ ਨਾ ਆਪਾਂ ਤਾਂ ਇੰਨੀ ਗੱਲ 'ਚ ਖੁਸ਼ ਹੋਣੇ ਵੀ ਰੋਟੀਆਂ ਘੱਟ ਬਣਾ ਲੈ ਖਾ ਲਓ ਹੁਣ ਬੇਬੇ ਐ ਕਰ ਤੱਕ ਚਾਹ ਧਰ ਕੇ ਦੇ ਵਧੀਆ ਜੀ ਬਣਾ ਦੀ ਨਾਲੇ ਹਾਂ ਪੁੱਤ ਮੈਂ ਤਾਂ ਵਧੀਆ ਮੈਂ ਤਾਂ ਦੁੱਧ 'ਚ ਪੱਤੀ ਪਾਉਂਗਾ ਅੱਜ ਹੋਰ ਚੱਲ ਬਹਾਨੇ ਨਾਲ ਸਵੇਰੇ ਸਵੇਰੇ ਮਿੱਠੀ ਚੂਰੀ ਮਿਲ ਗਈ ਸਹੀ ਗੱਲ ਆ ਉਹੋ ਜੀ ਇੰਨੀ ਭੁੱਖ ਜੀ ਨਹੀਂ ਲੱਗੀ ਹਨਾ ਬਹੁਤ ਸਵਾਰ ਬਣਾਈ ਹੈ ਅੱਛਾ ਖਾ ਲਈ ਹਾਂ ਚਲ ਚੰਗਾ ਸਾਰੀ ਖਾ ਲਿਓ ਤੇ ਆ ਦੁੱਧ ਪੀ ਲਓ ਤੇ ਆ ਛੱਡਤੀ ਬਸ ਬੇਬੇ ਹੁਣ ਸਾਰੀ ਭਾਂਡੀ ਤਾਂ ਨਹੀਂ ਸਾਫ਼ ਕਰਨਾ ਹੁੰਦਾ ਹੋਰ ਚਲ ਨਾਲੇ ਤੜਕੀ ਤੜਕੀ ਇੰਨੀ ਸਵਾਦ ਵੀ ਨਹੀਂ ਲੱਗਦੀ ਹੈਗੀ ਚਲ ਠੀਕ ਹੈ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਿਹੜਾ ਸੂਟ ਪਾਉਂਗੇ ਫਿਰ ਬਾਅਦ ਵਿੱਚ ਹਲੇ ਤਾਂ ਕੁਝ ਨਹੀਂ ਪਤਾ ਹੈਗਾ ਚਲ ਹੁਣ ਆਪਾਂ ਫਟਾਫਟ ਪਹਿਲਾਂ ਕੰਮ ਕਰ ਲਈਏ ਅੱਜ ਤਾਂ ਮੈਂ ਐਂ ਕਹਿੰਦੀ ਤੁਸੀਂ ਕੁਛ ਨਾ ਕਰੋ ਮੈਂ ਆਪੇ ਹੀ ਕਰ ਲੂੰ ਨਹੀਂ ਨਹੀਂ ਬੇਬੇ ਕੰਮਾਂ 'ਚ ਨਾ ਪਤਾ ਨਹੀਂ ਲੱਗਣਾ ਹੈਗਾ ਵਰਤ ਦਾ ਨਹੀਂ ਤਾਂ ਭੁੱਖੀ ਲੱਗੀ ਉਹੀ ਤਾਂ ਗੱਲ ਹੈ ਭਾਵੇਂ ਲੱਗੇ ਨਾ ਵਰਤ ਵਾਲੇ ਦਿਨ ਜ਼ਿਆਦਾ ਭੁੱਖ ਲੱਗਦੀ ਹੈ ਸਹੀ ਗੱਲ ਹੈ ਅੱਜ ਤਾਂ ਬਾਹਲੀ ਭੁੱਖ ਲੱਗੂ ਕੰਮ ਕਰਦਿਆਂ ਨੂੰ ਲੱਗਿਆ ਹੋਊਗੀ ਭੁੱਖ ਕੋਈ ਨਾ ਬੇਬੇ ਅਸੀਂ ਆਪੇ ਰਲ ਮਿਲ ਕੇ ਕਰ ਲਾਂਗੇ ਹੋਰ ਕਾਹਨੂੰ ਐਵੇਂ ਕੁਛ ਨਾ ਕਰਿਓ ਨਾ ਬੇਬੇ ਸਾਨੂੰ ਉਹ ਲਿਆ ਦੇ ਕੂਜੜੇ ਜਿਹੇ ਉੱਦੇ ਤਾਂ ਤੂੰ ਫੜੇ ਨਹੀਂ ਹੈਗੇ ਉਹਨੂੰ ਟਪਾਤਾ ਜੋ ਲਿਆ ਦੇ ਸਾਨੂੰ ਹਾਂ ਲੈ ਆਉਂਗੀ ਕੋਈ ਨਹੀਂ ਹਾਂ ਜਾ ਜਾ ਕੇ ਲਿਆਉਣੀ ਹੈ ਲਿਆਉਣੀ ਹੈ ਠੀਕ ਹੈ ਆ ਲੈ ਜਾ ਫਿਰ ਚੱਕ ਕੇ ਲੈ ਭਾਬੀ ਹੁਣ ਆਪਾਂ ਕਰਦੇ ਹਾਂ ਕੰਮ ਮੌਜ ਨਾਲ ਸੁੱਤੇ ਪਏ ਉੱਠਦੇ ਨੀ ਹੈਲੋ ਸੋਡੀ ਵੀ ਨਹੀਂ ਕਦੇ ਨੀਂਦ ਪੂਰੀ ਹੁੰਦੀ ਹਨਾ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਦੋਂ ਮੈਂ ਉੱਠ ਕੇ ਗਈ ਹਾਂ ਇੱਥੋਂ ਕੀ ਗੱਲ ਹੈ ਤੜਕ ਤੜਕ ਨਾ ਰਾਤੀ ਫਿਰਦੇ ਬੜੀ ਤਿਆਰ ਹੋਈ ਬੈਠੀ ਆ ਓਹੋ ਜੀ ਤੁਹਾਨੂੰ ਨਹੀਂ ਪਤਾ ਅੱਜ ਕੁੜੀਆਂ ਦਾ ਤਿਹਾਰ ਹੈ ਵਰਤ ਹੈ ਅੱਜ ਕਰਵਾ ਚੌਥ ਆ ਵਰਤ ਨਹੀਂ ਖਰਚੇ ਦਾ ਘਰ ਕਹੇ ਤੁਸੀਂ ਵੀ ਨਾ ਖਰਚੇ ਦੇ ਘਰ ਨੂੰ ਕਿੱਡੀ ਗੱਲ ਹੈ ਕੀ ਖਾਂਦੀਆਂ ਨੇ ਵਿਚਾਰੀਆਂ ਮਾੜੇ ਮੋਟੇ ਸਿਓ ਫਲ ਫਰੂਟ ਇਹੀ ਕੁਛ ਲਿਆ ਦਿੰਦੇ ਹੋ ਕਿੱਡੀ ਕੀ ਗੱਲ ਹੈ ਇਹ ਭਾਈ ਮੈਨੂੰ ਪਤੀ ਹੈਗਾ ਰੋਟੀ ਨਹੀਂ ਖਾਂਦੀਆਂ ਕੱਲੀਆਂ ਸਿਓ ਤੁਸੀਂ ਨਹੀਂ ਛੱਡਦੇ ਡੋੜ ਕਿਲੋ ਖਾਈ ਨਹੀਂ ਦੁੱਧ ਮੈਨੂੰ ਪੱਕਾ ਪਤਾ ਹੈਗਾ ਬਾਕੀ ਮੇਰੀ ਗੱਲ ਸੁਣੋ ਜੀ ਮੇਰਾ ਪਹਿਲਾ ਵਰਤ ਹੈ ਤੁਸੀਂ ਹੋਏਗਾ ਤੁਸੀਂ ਤਾਂ ਸਮਝੋ ਮੈਨੂੰ ਕੋਈ ਗਿਫਟ ਗੁਫਟ ਲਿਆ ਕੇ ਦੇਣਾ ਸੀਗਾ ਗੱਲ ਕਰਦੇ ਆ ਪੱਟੀ ਹੋਰ ਕੁਛ ਨਾ ਲਿਆ ਦਾਂ ਇਹੀ ਉਮੀਦ ਸੀ ਮੈਨੂੰ ਤੁਹਾਡੇ ਤੋਂ ਮੇਰੀ ਗੱਲ ਸੁਣ ਲਓ ਹੁਣ ਉੱਠ ਕੇ ਨਾ ਤੁਸੀਂ ਸਮਾਨ ਲਿਆ ਜਿਹੜਾ ਖੇਤ 'ਚੋਂ ਲਿਆ ਕੇ ਦਿੰਦੇ ਹੁੰਦੇ ਵਰਤ ਵਾਸਤੇ ਮੈਨੂੰ ਤਾਂ ਇਹ ਸਭ ਚੀਜ਼ਾਂ ਦਾ ਪਤਾ ਵੀ ਨਹੀਂ ਉੱਠ ਕੇ ਲਿਆ ਦਿਓ ਮਾਂ ਤੋਂ ਪੁੱਛ ਕੇ ਚੱਲ ਲਿਆ ਤਾਂ ਮੈਂ ਦਿੰਦਾ ਇੱਕ ਗੱਲ ਦੱਸਾਂ ਤੈਨੂੰ ਹਾਂਜੀ ਤਰੀਫ ਕਰਾਂ ਹਾਂ ਬੜੀ ਸੋਹਣੀ ਲੱਗ ਰਹੀ ਹੈ ਹਾਂ ਸੱਚੀ ਤੁਸੀਂ ਵੀ ਨਵੀਂ ਚਲ ਠੀਕ ਹੈ ਹੁਣ ਆ ਜਾ ਬਾਰੇ ਮਚਾਲੀ ਭਾਬੀ ਅੱਗ ਹਾਂ ਹਾਂ ਬੇਬੇ ਵੀ ਲੈ ਜੂਠੇ ਭਾਂਡੇ ਇੱਥੇ ਧਰ ਜਾਂਦੇ ਚੁੱਲ੍ਹੇ ਤੇ ਨਾ ਉਹਨੂੰ ਇੰਨੇ ਵਾਰ ਕਿਹਾ ਮੈਂ ਤਾਂ ਐਂ ਕਹਿੰਦੀ ਸੀ ਤੁਸੀਂ ਭਾਂਡੇ ਭੁੰਡੇ ਧੋ ਲੈਂਦੇ ਮੈਂ ਤੁਹਾਡੇ ਵੀਰੇ ਲਈ ਪਾਣੀ ਗਰਮ ਕਰਦਾ ਨਾਲੇ ਚਾਹ ਬਣਾ ਦੂੰਗੀ ਹਾਂ ਚੱਲ ਕੋਈ ਨਾ ਮੈਂ ਭਾਂਡੇ ਧੋ ਦਿੰਦੀ ਹਾਂ ਚਾਹ ਪਈ ਆ ਹੈ ਨਹੀਂ ਹੈ ਨਾ ਮੈਂ ਭਾਂਡੇ ਧੋਣੀ ਆ ਭਾਬੀ ਹੈ ਠੀਕ ਹੈ
फिर रोटी बना देंगे इन्हों दोनों जने। हाँ ले बेबे तो खाली हाथ आँदी है। बेबे भेजे तेन करुए लैन सी ना इन्ना टाइम लाया ही। ਉਤ ਮੈਂ ਤੇਰੀ ਚਾਚੀ ਕੋਲੇ ਬਹਿ ਗਈ ਸੀ। ਅੱਛਾ ਤੇ ਉਹ ਆਦੀ ਕੋਈ ਨਹੀਂ ਕਰੂਗਾ ਤਾਂ ਮੈਂ ਲਿਆ ਦੂੰਗੀ ਤੇ ਮੈਂ ਉਹਨੂੰ ਐ ਆਖਾਈ ਵੀ ਉਹਨਾਂ ਦੇ ਦੋਨਾਂ ਦੇ ਬਰਤ ਨੇ। ਹਾਂ ਤੇ ਕਹਾਣੀ ਵਾਲੀ ਨੂੰ ਲੈ ਕੇ ਆਜੀ ਬਾਵਣੀ ਨੂੰ ਉਹ ਆਦੀ ਕੋਈ ਨਹੀਂ ਮੈਂ ਲਿਆਉਂਗੀ ਨਾਲੇ ਕਰੂਏ ਲੈ ਕੇ ਆਊਂਗੀ। ਅੱਛਾ ਹਾਂ ਪਿਛਲੀ ਵਾਰ ਮੰਗੂਰੀ ਆ ਜਾਣੀਆਂ ਨਾ ਸਾਰੀ ਆ ਜਾਣੀਆਂ ਤੇ ਆ ਤੂੰ ਭਾਂਡੇ ਮਾਂਜੀ ਜਾਨੀ ਐ। ਲੈ ਫੇਰ ਕੀ ਅਮਾ ਮੈਂ ਭਾਂਡੇ ਧੋਣ ਲੱਗ ਗਈ ਮੈਂ ਕਿਹਾ ਚੱਲ ਭਾਬੀ ਰੋਟੀ ਟੁੱਕਦਾ ਕਰ ਲੂ। ਭਾਬੀ ਕਹਿੰਦੀ ਤੂੰ ਧੋ ਲੈ ਭਾਂਡੇ। ਤੂੰ ਰਹਿਣ ਦੇ ਬਰਤ ਰੱਖਿਆ ਉਤੋਂ ਭਾਂਡੇ ਮਾਂਜੀ ਜਾਨੀ ਐ। ਫੇਰ ਤੂੰ ਰਾਮ ਕਰ ਬੇ ਤੂੰ ਰਾਮ ਕਰੋ ਆਪੇ ਹੀ ਕਰੂਗੀ। ਚੱਲ ਆਪਾਂ ਪਈਏ ਉੱਤੇ ਆਰਾਮ ਨਾਲ। ਲੈ ਆਪੇ ਕੀ ਕਰੂਗੀ ਜੇ ਮੈਂ ਕਰਵਾ ਦੂੰ ਫਿਰ ਕੀ ਹੋ ਜਾਊਗਾ। ਐਵੇਂ ਕਰਵਾ ਦੇਂਗੀ ਤੂੰ। ਚੱਲ ਅੰਦਰ ਛੱਡ ਦੇ ਇਹਨਾਂ ਨੂੰ ਭਾਂਡਿਆਂ ਨੂੰ ਮੈਂ ਤੈਨੂੰ ਕਹਿ ਤਾਂ ਕਹਿਣਾ ਸੁਣ ਲਿਆ ਕਰ ਗੱਲ। ਹਾਂ ਬਰਤ ਰੱਖਿਆ ਹੋਇਆ ਕੁੜੀਆਂ ਵੀ ਕਿਤੇ ਭਾਂਡੇ ਮਾਂਜਦੇ ਹੁੰਦੀਆਂ ਆ ਕੇ ਪੇਕੇ ਘਰੇ। ਉਹ ਵੀ ਤਾਂ ਕਿਸੇ ਦਿੱਤੀ ਆ ਬੇਬੇ। ਤੂੰ ਵੀ ਨਾ ਸਾਰਾ ਦਿਨ ਨਹੀਂ ਕਰੀ ਜਾਂਦੀ ਰਹਿੰਦੀ ਆ। ਹੁਣ ਉਹ ਕੀ ਸੋਚੂਗੀ ਭਲਾ ਉਹਦੇ ਕੋਲੇ ਬੈਠੀ ਸੀ ਚੁੱਲ੍ਹੇ ਤੇ ਉਹ ਜਿਹਨੇ ਸੁਣ ਲਿਆ ਹੋਇਆ। ਕੋਈ ਨਹੀਂ ਮੈਂ ਕਿਹੜਾ ਕੋਈ ਮਾੜੀ ਗੱਲ ਕਹੀ ਹੈ। ਧੀਆਂ ਆਉਂਦੀਆਂ ਨੇ ਚਾਰ ਦਿਨ ਆਰਾਮ ਕਰਨ ਆਉਂਦੀਆਂ। ਤੂੰ ਬੈਠ ਆਪਾਂ ਗੱਲਾਂ ਬਾਤਾਂ। ਮੈਂ ਆਰਾਮ ਕਰਨ ਆ ਗਈ ਉਹਦਾ ਪਹਿਲਾ ਵਰਤ ਸੀ ਮਾਂ ਉਹਨੂੰ ਵੀ ਤਾਂ ਤੋਰ ਸਕਦੀ ਸੀ ਤੂੰ। ਐਂ ਕਿਵੇਂ ਤੋਰ ਦਿੰਦੀ ਪੇਕੀ ਪਤਾ ਕਿੰਨਾ ਖਰਚ ਆਉਂਦਾ ਹੈਗਾ। ਮੁੰਡੇ ਨੂੰ ਸੌ ਕੁਛ ਲੈ ਕੇ ਦੇ ਕੇ ਦੇਣਾ ਪੈਂਦਾ। ਸਰਗੀ ਨਾਲ ਕੱਪੜੇ ਦੋ ਦੋ ਸੂਟ ਗਾਹਾਂ ਉਹਦੇ ਭਾਈ ਨੂੰ ਵੀ ਹੁੰਦਾ ਹੈਂ ਗਾਹਾਂ ਜਿਹੜੀ ਬਾਹਵੀਂ ਕਹਾਣੀ ਸੁਣਾਊ ਉਹਨੂੰ ਹੁੰਦਾ। ਇੰਨਾ ਖਰਚ ਕਿੱਥੋਂ ਕਰ ਦਿੰਦੀ ਤੈਨੂੰ ਪਤਾ ਨਹੀਂ ਕਿੰਨਾ ਹੱਥ ਤੰਗ ਹੈਗਾ। ਤੂੰ ਤਾਂ ਕਹਿਤਾ ਪੇਕੇ ਤੋਰ ਦਿੰਦੀ ਆਪੇ ਆਉਣਗੇ ਉਹਦੇ ਪੇਕੇ ਖਰਚ ਕਰਕੇ। ਚੱਲ ਬੇਬੇ ਤੂੰ ਨਹੀਂ ਕਦੇ ਸਾਰਾ ਦਿਨ ਬਸ ਤੇਰੇ 'ਚ ਆਹੀ ਵਿਆਹਤਾਂ ਰਹਿਣੀਆਂ ਨੇਗੀਆਂ। ਇਹ ਕਾਹਦੀਆਂ ਵਿਆਹਤਾਂ ਇਹ ਤਾਂ ਸਹੀ ਗੱਲ ਹੈਗੀ। ਉਹਦੇ ਦਿਲ 'ਚ ਕੀ ਜਾਊ ਵਿਚਾਰੀ ਦੇ। ਲੈ ਜਾਊਗੀ ਐਵੇਂ ਜਾਈ ਜਾਂਦੇ ਤਾਂ ਜਾਈ ਜਾਵੇ। ਮੇਰੀ ਤਾਂ ਗੱਲ ਸਹੀ ਹੈ ਜਮਾਂ ਸਭ ਹੀ ਕਰਦੇ ਆ ਪੇਕੇ। ਬੇਬੇ ਤੂੰ ਕੀ ਕਰੀ ਜਾਂਦਾ। ਕੁਛ ਨਹੀਂ ਮੈਂ ਤਾਂ ਡਰਮੀ ਜਿਹਾ ਤੇਲ ਜਿਹਾ ਦੇ ਕੇ ਹਟਿਆ ਸੀਗਾ ਹਰਾ ਹੁਰਾ ਵੱਢਿਆ ਕਰਾਂਗਾ ਹੁਣ ਨਾ। ਹਾਂ ਤੇ ਇਹਨਾਂ ਨੂੰ ਵਰਤ ਵਾਲੀਆਂ ਨੂੰ ਸਮਾਨ ਲਿਆਤਾ। ਕੋਈ ਨਾ ਲਿਆਂਦਾ ਵਿੱਚ ਚਿੱਬੜ ਰਹਿੰਦੇ ਉਹ ਆਪਣੇ ਘਰ ਦੇ ਮੈਂ ਅਗਲੇ ਪਾਸੇ ਤੋੜ ਲਿਓ ਮੈਂ ਕੋਈ ਗੱਲ ਨਹੀਂ। ਲਿਆ ਦੀ ਪੁੱਤ ਹੋਰ ਜ਼ਰੂਰੀ ਹੁੰਦੇ ਤੇ ਨਾਲੇ ਤੇਰੇ ਸਹੁਰਿਆਂ ਨੂੰ ਕਹਿ ਦੇ ਕਿਵੇਂ ਵੀ ਚੱਜ ਦੀ ਚੀਜ਼ ਲੈ ਕੇ ਆਉਣ। ਤੂੰ ਛੱਲਾ ਕੋਈ ਇੱਥੇ ਆਪਣੇ ਸਰੀਕੇ ਦਾ ਕੰਮ ਹੈ ਜੇ ਕੁਛ ਸੁਣਾ ਲਿਆ ਆਪਣਾ ਨੱਕ ਵੱਢਿਆ ਜਾਊਗਾ। ਮਾਂ ਆਪਣੇ ਕੁਛ ਹੈ ਨਹੀਂ ਗਾ ਤੂੰ ਕਹਿ ਕੇ ਅਜਿਹੀਆਂ ਗੱਲਾਂ ਕਰਦੀਆਂ ਗੀ। ਤੇ ਤੂੰ 10 ਕਿੱਲਿਆਂ ਦਾ ਮਾਲਕ ਹੈ ਜੇ ਤੂੰ ਉਹ ਲੈ ਆਉਣਗੇ ਤਾਂ ਫਿਰ ਕੀ ਹੋ ਜਾਊਗਾ। ਤੇਰੇ ਬੰਨੀ ਦੇਖ ਕੇ ਲੈ ਆਉਣ ਇੰਨੀ ਜ਼ਮੀਨ ਹੈਗੀ। ਮਾਂ ਬੁਰੇ ਵੀ ਲੱਗਦੇ 10 ਕਿੱਲੇ ਦੇ ਮਾਲਕ ਆ ਮੰਗ ਤੇ ਥੋੜ੍ਹੀ ਬਣਨਾ ਹੈਗਾ। ਆਪਾਂ ਕਹਿੰਦੇ ਕਿ ਆਪਦੀ ਕੁੜੀ ਨੂੰ ਦਿੱਤਾ ਸੀਗਾ ਕੀ ਦਿੱਤਾ ਸੀਗਾ ਤੂੰ। ਐਂ ਨਹੀਂ ਹੁੰਦਾ ਮੈਥੋਂ ਨਹੀਂ ਕੁਛ ਚੱਲਦਾ ਜਿਹੋ ਜਿਹਾ ਲੈ ਕੇ ਜਿੰਨੀ ਆਪਣੀ ਗੁਜ਼ਾਇਸ਼ ਸੀ ਕਿ ਦਿੱਤਾ ਕਿਉਂ ਨਹੀਂ ਹੈਗਾ। ਗੁਜ਼ਾਇਸ਼ ਫਿਰ ਐਂ ਮੰਗ ਤਾਂ ਨਹੀਂ ਬਣਿਆ ਜਾਂਦਾ ਉਹੀ ਬੁੜੀਆਂ ਵਾਲੀ ਗੱਲ ਕਰਤੀ ਨਾ ਜਿਹੋ ਜਿਹਾ ਲੈ ਕੇ ਉਹੀ ਚੰਗੀ ਗੱਲ ਆ ਆ ਕੇ ਮਿਲ ਤਾਂ ਜਾਊ ਅਗਲਾ। ਲੈ ਦੇਖ ਲੈ ਮੇਰੀ ਗੱਲ ਤਾਂ ਸੁਣੀਓ ਵੀ ਨਹੀਂ ਖੜ ਕੇ ਗੱਲ ਵੀ ਨਹੀਂ ਸੁਣਦਾ। ਕੀ ਦੱਸ ਪੜਿਆ ਮੈਨੂੰ ਕੀ ਹੈ ਜੇ ਉਹ ਕੁਛ ਇਉਂ ਹੀ ਆ ਗਏ ਨਾ ਲੈ ਕੇ ਬਿਸਕੁਟਾਂ ਦਾ ਪੀਪਾ ਤੇ ਥੂ ਥੂ ਹੋ ਜੂਗੀ ਆਪਣੀ ਤਾਂ ਮੈਨੂੰ ਕੀ ਹੈ। ਪਤਾ ਨਹੀਂ ਕਿੱਦੇ ਸਮਝਾਊ ਇਹਨੂੰ ਜਦੋਂ ਅਗਲੇ ਨੇ ਧੀ ਦੇਤੀ ਇਹਦੇ ਉੱਤੇ ਕੀ ਰਹਿ ਗਿਆ। ਕੁਛ ਨਹੀਂ ਮਾਂ ਉਰੇ ਆ ਬੈਠ ਗੱਲ ਕਰਨੀ ਤੈਨੂੰ। ਦੱਸੋ ਬਹਿ ਜਾ ਭਾਬੀ ਬੇਬੇ ਨੇ ਕੋਈ ਗੱਲ ਕਰਨੀ ਹੋਣੀ ਤਾਂ ਹੀ ਕਿਹਾ ਉਹਨੇ ਵੀ। ਹਾਂਜੀ ਦੱਸੋ। ਮੈਂ ਇਹ ਕਹੀ ਸੀ ਵੀ ਤੁਸੀਂ ਤੂੰ ਫੋਨ ਕਰਤਾ ਪੇਕਿਆਂ ਨੂੰ। ਕਿਉਂ ਉਹਨਾਂ ਨੂੰ ਫੋਨ ਕਿਉਂ ਕਰਨਾ ਤੂੰ ਤੇਰਾ ਪਹਿਲਾ ਵਰਤ ਹੈ ਸਰਗੀ ਲੈ ਕੇ ਨਹੀਂ ਆਉਣਗੇ। ਓਹੋ ਇਹ ਸਰਗੀ ਸੁਰਗੀ ਵਾਲੇ ਰਿਵਾਜ਼ ਤਾਂ ਪਹਿਲਾਂ ਹੀ ਸੀ ਮਾਂ ਹੁਣ ਕਿਹੜਾ ਲੈ ਕੇ ਆਉਂਦਾ ਸਰਗੀ ਆ। ਆਪਣਾ ਪੁੱਤ ਨੱਕ ਵੱਡਿਆ ਜਾਊ ਸਰੀਕੇ 'ਚ ਹੈਂ ਤੂੰ ਮਛੱਲੇ ਦਾ ਵੀ ਹੱਕ ਬਣਦਾ ਹੈ ਤੇਰਾ ਸੂਟ ਸਾਡੇ ਸੂਟ ਮਾਵਾਂ ਧੀਆਂ ਦੇ ਤੇ ਮੁੰਡੇ ਦੇ ਕੱਪੜੇ ਰੀੜੇ ਹੱਕ ਤਾਂ ਬਣਦਾ ਹੈ। ਓਹੋ ਮਾਂ ਸਾਨੂੰ ਪਤਾ ਤਾਂ ਹੈਗਾ ਮੈਂ ਕਿੰਨੇ ਕੁ ਅਮੀਰ ਘਰੋਂ ਮੇਰਾ ਭਰਾ ਇੰਨਾ ਕੁਛ ਨਹੀਂ ਕਰ ਸਕਦਾ ਉਹਨਾਂ ਨੇ ਵਿਆਹ ਤਾਂ ਨਾ ਉਹੀ ਬਹੁਤ ਹੈ ਤੁਹਾਡੇ ਨਾਲ ਪਹਿਲਾਂ ਤਾਂ ਅਸੀਂ ਗੱਲ ਕਰੀ ਸੀ। ਨਾ ਮੇਰੀ ਗੱਲ ਸੁਣ ਭਾਬੀ ਤੂੰ ਮੰਮੀ ਨੂੰ ਇਹ ਕੀ ਸੁਣਾਉਣੀ ਆ ਵੀ ਵਿਆਹ ਤਾਂ ਉਹ ਤੇਰਾ ਵਿਆਹ ਕੀਤਾ ਠੀਕ ਆ ਸਰਗੀ ਜਿਹੜਾ ਰੀਤੀ ਰਿਵਾਜ ਹੁੰਦੇ ਨੇ ਉਹ ਤਾਂ ਅਲੱਗ ਮਨਾਉਣੀ ਪੈਂਦੇ ਨੇ ਵਿਆਹ ਤੇ ਅਲੱਗ ਕੀਤਾ ਹੁਣ ਆ ਤਾਂ ਤਿਉਹਾਰ ਮਨਾਉਣੀ ਪਊਗਾ। ਇੱਕ ਤੇਰੇ ਭਰਾ ਤੈਨੂੰ ਸਰਗੀ ਵੀ ਨਹੀਂ ਦੇ ਸਕਦਾ ਹੈਗਾ ਇਹਦੇ ਵਿੱਚ ਕੋਈ ਗਰੀਬ ਅਮੀਰ ਨਹੀਂ ਹੁੰਦਾ ਹੈਗਾ। ਸਰਗੀ ਵਾਲੀ ਗੱਲ ਨਹੀਂ ਗੁਰੀ ਹੁਣ ਜੇ ਉਹਨੂੰ ਸਰਦਾ ਹੋਵੇ ਫੇਰ ਹੀ ਦੇਣਗੇ ਨਾ ਉਹ। ਚੱਲ ਤੇਰਾ ਭਰਾ ਵਧੀਆ ਕਰੋ ਆ ਤਾਂ ਤੈਨੂੰ ਦੇ ਆਇਆ ਹੋਊਗਾ ਹੁਣ ਮੇਰਾ ਭਰਾ ਮੇਰੇ ਕੋਲ ਉਹਦੇ ਕੋਲ ਨਹੀਂ ਹੈਗੇ ਤੈਨੂੰ ਪਤਾ ਹੈਗਾ ਛੋਟੀ ਜਿਹੀ ਇੱਕ ਦੁਕਾਨ ਤੇ ਲੱਗਿਆ ਹੋਇਆ ਉਹ। ਭਾਬੀ ਇੰਨਾ ਕੁ ਤਾਂ ਸਾਰਿਆਂ ਕੋਲੇ ਹੁੰਦਾ ਤਿਉਹਾਰ ਤਾਂ ਮਨਾਉਣੇ ਜ਼ਰੂਰੀ ਹੁੰਦੇ ਨੇ ਇਹ ਘਰੋਂ ਗਰੀਬ ਕੋਈ ਵੀ ਨਹੀਂ ਹੁੰਦਾ ਅਮੀਰੀ ਗਰੀਬੀ ਨਹੀਂ ਦੇਖੀ ਦੀ ਹੁੰਦੀ ਹੈਗੀ।
ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ, ਅਗਲਾ ਕਹੂਗਾ ਕੀ ਲਿਆਂਦਾ ਬਹੂ ਦੇ ਪੇਕੇ ਦਾ, ਕੁਛ ਦੇ ਕੇ ਨਹੀਂ ਗਏ, ਐ ਥੂ ਥੂ ਕਰਨਗੇ ਲੋਕ ਸਾਨੂੰ। ਹਾਂ ਮੇਰੀ ਸਰਗੀ ਨਾਲ ਕੀ ਤੁਸੀਂ ਬਾਹਲੇ ਵੱਡੇ ਹੋ ਜਾਓਗੇ? ਫਿਰ ਮੇਰੀ ਸਰਗੀ ਵੀ ਤਾਂ ਗਈ ਸੀ, ਮੈਂ ਕਿਹੜਾ ਬਾਹਲੀ ਵੱਡੀ ਹੋ ਗਈ ਸੀ? ਐ ਨਹੀਂ ਹੁੰਦਾ ਹੈਗਾ, ਤੂੰ ਫੋਨ ਕਰ, ਸਰਗੀ ਮੰਗਾ ਉਹਨਾਂ ਤੋਂ, ਤੇਰੇ ਭਰਾ ਨੂੰ ਫੋਨ ਕਰ, ਤੇਰੀ ਮਾਂ ਨੂੰ ਫੋਨ ਕਰ ਵੀ ਸਰਗੀ ਦੇ ਕੇ ਜਾਣਗੇ। ਮੈਨੂੰ ਤਾਂ ਇਹਨਾਂ ਨੇ ਮਨਾ ਕਰਤਾ ਸੀ ਗੁਰੀ, ਮੈਂ ਫੋਨ ਨਹੀਂ ਕਰਦੀ ਉਹਦੇ ਭਰਾ ਨੂੰ। ਮੇਰੀ ਗੱਲ ਸੁਣ, ਬੰਦਿਆਂ ਨੂੰ ਇਹ ਤਿਹਾਰਾਂ ਦਾ ਕੀ ਪਤਾ ਹੁੰਦਾ, ਬੁੜੀਆਂ ਨੂੰ ਵੀ ਪਤਾ ਹੁੰਦਾਗਾ। ਤੂੰ ਆਪਦੀ ਮਾਂ ਨੂੰ ਫੋਨ ਕਰ, ਤੂੰ ਆਪਦਾ ਸੂਟ ਨਾ ਮੰਗਾਈ, ਬੇਬੇ ਦਾ ਸੂਟ ਲਿਆਉਣ ਦਾ ਤਾਂ ਹੱਕ ਹੀ ਉਹਨਾਂ ਦਾ। ਓ ਭਾਈ ਜਿਹੜੇ ਤਿਉਹਾਰ ਹੁੰਦੇ ਨੇ ਮਾਂ ਪਿਓ ਕਰਦੇ ਨੇ, ਸਭ ਦੇ ਕਰਦੇ ਨੇ। ਹਾਂ ਤੂੰ ਆਪਦਾ ਫੋਨ ਕਰ ਦੇ, ਫੜਾ ਜਾਣਗੇ, ਐਡੇ ਵੀ ਕੋਈ ਗਰੀਬ ਨਹੀਂ ਹੈਗੇ ਉਹ। ਚੰਗੇ ਸਰਦੇ ਵਰਦੇ ਵਾਲਿਆਂ ਦਾ ਦੇਖ, ਗੱਲਾਂ ਤਾਂ ਦੇਖ ਲਾ ਕਰਦੀ, ਚੀਜ਼ਾਂ ਦੇਖ ਕਿਵੇਂ ਆਉਂਦੀਆਂ ਨੇ, ਇਹਦੇ ਪੇਕਿਆਂ ਦੇ ਕਿਵੇਂ ਚੀਜ਼ਾਂ ਆਉਂਦੀਆਂ, ਇਹਨੂੰ ਤਾਂ ਇੱਕ ਚੀਜ਼ ਨਹੀਂ ਦਿੰਦੇ ਹੈਗੇ ਉਹ। ਉਹੀ ਤਾਂ ਗੱਲ ਹੈਗੀ, ਮੈਂ ਤਾਂ ਮਾਂ ਐ ਸਮਝ ਜਾਂਦੀ ਸੀ ਵੀ ਚੱਲ ਭੋਲੀ ਆ ਭੋਲੀ ਆ, ਮੈਨੂੰ ਨਹੀਂ ਪਤਾ ਸੀ ਵੀ ਇੰਨੀ ਤਿੱਖੀ, ਮੈਂ ਤਾਂ ਅੱਜ ਦੇਖੀ ਆ ਬੋਲਦੀ ਇਹ। ਤੈਨੂੰ ਲੱਗਦਾ ਮੈਨੂੰ ਪਤਾ ਜਿਹੜੀ ਮੈਂ ਸਾਰਾ ਦਿਨ ਇਹਦੇ ਨਾਲ ਕੱਟਦੀ ਆ। ਚੱਲ ਕੋਈ ਗੱਲ ਨਹੀਂ, ਨਹੀਂ ਫੋਨ ਕਰਦੀ ਨਾ ਮੈਂ ਕਰੂੰ ਇਹਦੇ ਭਰਾ ਜੀ ਨੂੰ ਫੋਨ। ਹਾਂ ਤੂੰ ਕਰ, ਹੋਰ ਕੀ। ਬੇ ਕਿਵੇਂ ਬੋਲਦੀ ਸੀ ਚਾਵਰ ਚਾਵਰ, ਕੰਮ ਵੇਰੀ ਉਹਨੂੰ ਪਿੱਛੇ ਪੈ ਜਾਂਦਾ, ਗਿੱਠ ਦੀ ਜਵਾਨ ਤਾਂ ਦੇਖ ਲਾ, ਊਂ ਤਾਂ ਕਿ ਅਸੀਂ ਗਰੀਬ ਹਾਂ, ਦੇਖ ਲਾ ਸੈੱਟ ਤਾਂ ਦੇਖ ਪਾਈ ਬੈਠੀ। ਘੰਟਾ ਹੋ ਗਿਆ ਅੰਦਰ ਵੜੀ ਨੂੰ, ਉਹ ਤਾਂ ਲੇਪੂ ਤੇਪੂ ਨੂੰ ਲੋਟ ਆਇਆ ਹੈਗਾ, ਫਿਰ ਆ ਕੇ ਬੋਲਦੀ ਹੈ ਲਾ ਆ ਗਿਆ। ਤੇਰੇ ਤੋਂ ਨੀ ਬੇਬੇ ਸਾਹਿਬ ਚਾਹੁੰਦੇ, ਮੈਂ ਕਰੂੰਗੀ ਲੋਟ, ਫਿਰ ਉਹਦੇ ਨੱਕ ਤੇ ਮੱਖੀ ਨੀ ਬਹਿਣ ਦਿੰਦੀ। ਸਤਿ ਸ਼੍ਰੀ ਅਕਾਲ ਬਾਈ, ਠੀਕ ਆ? ਹਾਂ ਆਹਾ ਸਮਾਨ ਭੇਜਿਆ ਸੀ ਬੇਬੇ ਨੇ, ਫੋਨ ਕਰਿਆ ਹੋਊਗਾ। ਮੇਰੇ ਮੇਰਾ ਜਮੀ ਜੀ ਨਹੀਂ ਕਰਦਾ ਇਸ ਉਹਨੂੰ ਸਰਗੀ ਨੂੰ ਕਹਿਣ ਨੂੰ, ਪਰ ਕੀ ਕਰਾਂ, ਬੇਬੇ ਅਤੇ ਭੈਣ ਨੇ ਮੇਰਾ ਖੈੜਾ ਹੀ ਨਹੀਂ ਛੱਡਿਆ। ਚਲੋ ਕੋਈ ਨਾ, ਤਾਂ ਬਣਦਾ ਹੱਕ ਦੇਣ ਦਾ। ਮੈਨੂੰ ਪਤਾ ਵੀਰੇ, ਹੱਕ ਤਾਂ ਹੈਗਾ ਸੀ, ਫਿਰ ਹੁਣ ਉਹਦਾ ਘਰ ਵੀ ਤਾਂ ਦੇਖਣਾ ਪੈਂਦਾ। ਚਲੋ ਚਲੋ ਠੀਕ ਆ, ਮੈਂ ਜਾਂਦਾ, ਉਹ ਬਾਬਾ ਗਾਲਾਂ ਦਿੰਦਾ ਫਿਰ, ਲੇਟ ਹੋ ਜਾਊਗਾ। ਵੀਰੇ ਚਾਹ ਪਾਣੀ ਤਾਂ ਪੀ ਜਾਂਦਾ ਨਾ, ਬਸ ਦੁਕਾਨ ਖੋਲਣੀ ਆ ਜਾ ਕੇ। ਚੱਲ ਠੀਕ ਹੈ ਵੀਰੇ, ਠੀਕ ਹੈ, ਠੀਕ ਹੈ ਬਾਈ। ਵਿਚਾਰਿਆਂ ਨੂੰ ਦੇਖੀ ਕਿੰਨਾ ਮਜਬੂਰ ਕੀਤਾ, ਇਹਨਾਂ ਨੂੰ ਜਮੀ ਸ਼ਰਮ ਨਹੀਂ ਹੈਗੀ, ਇੱਕ ਇਹੀ ਵਧੀਆ ਨੇ ਜਿਹੜਾ ਮੇਰਾ ਸਾਥ ਦਿੰਦੇ ਨੇ, ਨਹੀਂ ਇਹ ਤਾਂ ਨਾ। ਕੀ ਲੈ ਕੇ ਆਇਆ ਤੇਰਾ ਭਾਈ ਹੁਣ, ਆ ਦਿਖਾ ਸਾਨੂੰ। ਬੇਬੇ ਮੈਂ ਤਾਂ ਹਜੇ ਖੁਦ ਖੋਲ ਕੇ ਨਹੀਂ ਦੇਖਿਆ ਸੀ, ਮੈਂ ਦੇਖਣ ਹੀ ਲੱਗਦੀ ਸੀ ਬਸ। ਤੂੰ ਕਾਹਨੂੰ ਦੇਖਣ ਲੱਗਦੀ ਸੀ, ਬੈੱਡ 'ਚ ਲੁਕਾਉਣ ਲੱਗੀ ਸੀ ਵੀ ਮੰਗ ਨਾ ਲੈਣ, ਆਏ ਸੀ ਭੁੱਖੇ ਨਹੀਂ ਹੈਗੇ, ਠੀਕ ਆ? ਮੈਂ ਕੁਛ ਨਹੀਂ ਲੁਕਾਉਣ ਲੱਗੀ ਸੀ। ਚੱਲ ਦਿਖਾ ਤਾਂ ਸਹੀ। ਇੱਕ ਮੈਨੂੰ ਸੂਟ ਲੈ ਕੇ ਆਇਆ ਬੇਬੇ, ਆਹ ਤੁਹਾਨੂੰ ਲੈ ਕੇ ਆਇਆ ਗਾ। ਅਸੀਂ ਤਾਂ ਮਰੀਆਂ ਪਈਆਂ ਵੀ ਨਾ ਪਾਈਏ ਇਹੋ ਜਿਹੇ ਸੂਟ ਜਿਹੜਾ ਤੇਰਾ ਭਰਾ ਲੈ ਕੇ ਆਇਆ ਗਾ, ਨਾ ਮੇਰਾ ਹੱਕ ਨਹੀਂ ਸੀ ਲਿਆਉਣ ਦਾ ਸੂਟ। ਗੁਰੀ ਹੱਕ ਹੈਗਾ ਸੀਗਾ, ਮੈਂ ਕਦੋਂ ਕਹਿਣੀ ਨਹੀਂ ਸੀ। ਮੇਰੀ ਗੱਲ ਸੁਣ, ਕੱਲੇ ਸੂਟ ਹੀ ਸਰੇ ਨੇ, ਹੋਰ ਕੁਛ ਹੈ ਨਹੀਂ ਸੀ ਉਹਨਾਂ ਕੋਲ, ਇੰਨੇ ਕੁ ਤਾਂ ਪੈਸੇ ਹੋਣੇ ਕਿ ਆਪਦੀ ਧੀ ਨੂੰ ਦੇ ਸਕਣਾ। ਮੇਰੀ ਗੱਲ ਸੁਣੋ, ਜਿੰਨਾ ਕਦੋਂ ਸਰਦਾ ਸੀ ਉਹਨਾਂ ਨੇ ਦੇ ਤਾ ਨਾ, ਨਾਲੇ ਫਿਰ ਇਹ ਕਿੱਡੀ ਗੱਲ ਵੀ, ਜ਼ਰੂਰੀ ਤਾਂ ਨਹੀਂ ਵੀ ਸਾਰਾ ਕੁਛ ਹੀ ਲੈ ਕੇ ਆਉਣਾ ਸੀਗਾ ਉਹਨਾਂ ਨੇ। ਕੀ ਦੇ ਤਾ ਆਹੀ 2 ਲੀਰਾਂ ਨੇ ਨਾ, ਹਾਂ 2 ਲੀਰੇ ਹੀ ਨੇ ਜਿਹਦੇ ਸਿਰ 'ਤੇ ਤੂੰ ਹਵਾ ਕਰਦੀ ਆ ਸਾਡੇ 'ਤੇ। ਗੁਰੀ ਤੇਰੇ ਲਈ ਲੀਰਾਂ ਹੋਣਗੀਆਂ, ਮੇਰਾ ਭਰਾ ਪਿਆਰ ਨਾਲ ਲੈ ਕੇ ਆਇਆ, ਮੇਰੇ ਲਈ ਸਭ ਕੁਛ ਹੈ ਇਹ, ਠੀਕ ਹੈ? ਹੁਣ ਮੇਰੀ ਇੱਕ ਧੀ ਜੀ ਇਹਦਾ ਸੂਟ ਤਾਂ ਧਰ ਲਿਆਉਂਦੇ ਹੈ ਨਾ ਬੇਬੇ, ਮੈਂ ਕਿਹੜਾ ਇਹਨਾਂ ਦੇ ਸੂਟਾਂ ਦੀ ਭੁੱਖੀ ਹਾਂ, ਇਹੋ ਜਿਹੀ ਤਾਂ ਮੈਂ ਮਰੀ ਪਈ ਵੀ ਨਾ ਪਾਵਾਂ ਜਿਹੋ ਜਿਹਦਾ ਭਰਾ ਸੂਟ ਲੈ ਕੇ ਆਇਆ। ਨਾਲੇ ਮੇਰੀ ਗੱਲ ਸੁਣ ਲਾ ਭਾਬੀ, ਇਹ ਤਾਂ ਬੇਬੀ ਹੈ ਜਿਹੜੀ ਬੋਲਦੀ ਨਹੀਂ ਹੈਗੀ, ਮੈਂ ਤਾਂ ਤੈਨੂੰ ਇੱਕ ਦਿਨ 'ਚ ਸਿੱਧੀ ਕਰ ਦੂੰ, ਆਪਦੇ ਭਰਾ ਨੂੰ ਕਹਿ ਦੇ ਵੀ ਹੋਰ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ, ਇੱਕ ਚੀਜ਼ ਹੋਰ, ਟੂਮਸਲਾਂ ਨਹੀਂ ਸਰ ਇਹਨਾਂ ਤੋਂ ਕੋਈ ਤਿਉਹਾਰ ਸੀ ਤੇਰਾ, ਚੰਗਾ ਤਿਉਹਾਰ ਮਨਾਉਂਦੇ, ਪਹਿਲਾ ਤਿਉਹਾਰ ਸੀ। ਕੋਈ ਜਗ੍ਹਾ ਨੀ ਹੈਗੀ, ਪਰ ਜੇ ਤੂੰ ਸਾਡੇ ਬਾਰੇ ਨੀ ਸੋਚਦੀ ਹੋਰ ਫਿਰ ਤੂੰ ਕਿਹਦੇ ਬਾਰੇ ਸੋਚੇਗੀ? ਸੋਚਣ ਵਾਲੀ ਕੀ ਗੱਲ ਹੈਗੀ ਹੁਣ ਇਹਦੇ ਚ, ਜਿੰਨਾ ਕੁ ਤੂੰ ਹੋਇਆ ਉਹਨਾਂ ਨੇ ਕਰਤਾ ਨਾ ਗੁਰੀ। ਭਾਬੀ ਵਾਲੀ ਜਵਾਨ ਜੀ ਲੜਾਉਣ ਦੀ ਲੋੜ ਨੀ ਹੈਗੀ, ਚੱਲ ਤੂੰ ਖੜੀ ਹੋ, ਚੱਲ ਤੂੰ ਜਾ। ਜਵਾਨ ਤਾਂ ਦੇਖ ਲੜਾਉਂਦੀ, ਇਹਨੂੰ ਤਾਂ ਬੇਬੇ ਮੈਂ ਹੀ ਸਿੱਧੀ ਕਰੂੰ ਹੁਣ। ਹੋਰ ਕੀ ਹੈ ਗਾ, ਕੋਈ ਗੱਲ ਨਹੀਂ ਬੇਬੇ, ਇਹਨੂੰ ਤਾਂ ਬੇਬੇ ਮੇਰੀ ਗੱਲ ਤਾਂ ਸੁਣ ਲਓ ਨਾ, ਇੱਥੇ ਖੇਖਣ ਕਰਨ ਦੀ ਕੋਈ ਲੋੜ ਨਹੀਂ, ਆਪਦੇ ਪੇਕੇ ਤੋਂ ਜਿੱਦੇ ਲੈ ਕੇ ਇਹਨੂੰ। ਕੀ ਗੱਲ ਹੋ ਗਈ, ਐਂ ਧੱਕੇ ਮਾਰ ਕੇ ਕੱਢਦੇ ਹੋ? ਗੱਲ ਕੀ ਹੋਣੀ ਜੀ, ਇਹਨੂੰ ਹੀ ਪੁੱਛ ਲਾ ਆ ਜੀ, ਇਹਦਾ ਭਾਈ ਦੱਸ ਪਾਲੀ ਕੀ ਹੋਈ ਗੱਲ।
ਗੱਲ ਕੀ ਹੋਣੀ ਹੈ ਜੀ, ਵੀਰ ਆਇਆ ਸੀਗਾ ਬੇਬੇ ਲਈ ਸੂਟ ਲਿਆ, ਮੇਰੇ ਲਈ ਲਿਆਇਆ, ਹੁਣ ਉਹਨਾਂ ਕੋਲ ਬਾਲਾ ਸਮਾਨ ਦੇਣ ਦੀ ਪਹੁੰਚ ਨਹੀਂ ਹੈਗੀ, ਫਿਰ ਐਡੀ ਕਿੱਡੀ ਕੀ ਗੱਲ ਹੈ? ਖੇਖਣ ਦਾ ਦੇਖ ਲੈ ਤੇਰੇ ਸਾਹਮਣੇ ਕਰਦੀ ਬਈ, ਜੇ ਪਹੁੰਚ ਨਹੀਂ ਸੀ ਫਿਰ ਆ ਵੀ ਦੋ ਟੋਟੜੇ ਨਾ ਸਿੱਟ ਕੇ ਜਾਂਦਾ। ਰਹਿਣ ਦੇ ਮੈਂ ਚੰਗੀ ਤਰ੍ਹਾਂ ਜਾਣਦਾ ਤੁਹਾਨੂੰ, ਤੂੰ ਕਿੰਨਾ ਕੁ ਆਪਦਾ ਘਰ ਵਸਾ ਲਿਆ, ਇਹਨੂੰ ਰਬਤਾ ਦਿੰਦੀ ਹੈਗੀ, ਆ ਤਾਂ ਗਿਆ ਇਹ। ਫਿਰ ਮੇਰੀ ਇੱਕ ਧੀ ਉਹਦਾ ਨਹੀਂ, ਇਹਨੂੰ ਤੁਸੀਂ ਕਹਿਦਾ ਇੱਕ ਸੂਟ? ਮਾਂ ਮੈਂ ਜਾਣਦਾ ਕਿੰਨੇ ਕੁ ਘਾਟ ਹੋਏ ਕੱਪੜਿਆਂ ਦੀ, ਬਿਨਾਂ ਗੱਲ ਤੋਂ ਤੰਗ ਕਰਨਾ ਉਹ ਤੁਹਾਡੀ ਮਰਜ਼ੀ ਹੈਗੀ, ਠੀਕ ਹੈ ਨਾ? ਨਾਲੇ ਗੱਲ ਸੁਣ ਲੈ ਕੁੜੀ, ਤੂੰ ਮੇਰੀ ਗੱਲ, ਇੱਥੇ ਮਹੀਨਾ ਹੋ ਗਿਆ ਤੂੰ ਇੱਕ ਆਈ ਬੈਠੀ ਨੂੰ, ਜੇ ਮੈਂ ਬੋਲਦਾ ਨਹੀਂ ਇਹਦਾ ਮਤਲਬ ਇਹਦਾ ਤੁਹਾਨੂੰ ਹੁਣ ਘਰੋਂ ਵੀ ਦੁਖੀ ਕਰੇਂਗੇ ਇਹਨੂੰ। ਫਿਰ ਕੀ ਹੋ ਗਿਆ ਜੇ ਆਈ ਬੈਠੀ ਮਹੀਨਾ ਹੋ ਗਿਆ, ਹਜੇ ਇਹਦਾ ਬਾਪ ਜਿਉਂਦਾ ਹੈ? ਜਿਉਂਦਾ ਤਾਂ ਹੈਗਾ, ਫਿਰ ਇੱਥੇ ਕੁੜੀ ਇਹਦਾ ਕੁੜੀ ਬਣ ਕੇ ਰਹੇ ਇੰਨਾ ਜਦੋਂ? ਪਤਾ ਤਾਂ ਹੈਗਾ ਮਾਂ ਵੀ ਭਾਬੀ ਮਗਰ ਲੱਗਿਆ ਹੋਇਆ, ਇਸੇ ਮਗਰ ਹੀ ਲੱਗ ਕੇ ਰਹੀ ਚੰਗਾ, ਹੁਣ ਤੂੰ ਆਪਦੀ ਭੈਣ ਵੀ ਭੁੱਲ ਗਿਆ ਇਹਦੇ ਪਿੱਛੇ। ਬਗਿਆ ਬਗਿਆ ਤੂੰ ਬੋਲਣ ਦੀ ਲੋੜ ਨਹੀਂ, ਗੱਲ ਸੁਣ ਲਾ ਮਾਂ, ਜੇ ਤੂੰ ਮੇਰੀ ਮਾਂ ਤਾਂ ਇਹ ਵੀ ਕੁਛ ਲੱਗਦੀ ਹੈ ਮੇਰੀ, ਠੀਕ ਹੈ ਨਾ? ਵਿਆਹ ਕੇ ਲੈ ਕੇ ਆਇਆ ਮੈਂ, ਉਹ ਤਾਂ ਮੈਨੂੰ ਵੀ ਪਤਾ ਹੈ, ਮੈਂ ਵੀ ਪਾਣੀ ਵਾਰ ਕੇ ਪੀਤਾ ਹੈ। ਤੇ ਹਾਂ ਪਰ ਇਹ ਵੀ ਤਾਂ ਕੁਛ ਕਰੇ, ਕੁਛ ਤਾਂ ਉਹਨਾਂ ਨੂੰ ਕਹੇ ਫੋਨ ਤੇ ਵੀ ਉਹਨਾਂ ਦੀ ਮਾੜੀ ਮੋਟੀ ਇੱਜ਼ਤ ਕਰਨ। ਤੇਰੀ ਨੀਤ ਭਰਦੀ ਜਦੋਂ ਅਗਲੇ ਕੁੜੀ ਦਿੱਤੀ ਹੈ ਟਰੱਕ ਦਾਜ ਤਾਂ ਉਦੋਂ ਨੀਤ ਭਰੀ ਆ, ਤੇਰੇ ਸੂਟਾਂ ਦਾ ਨੀਤ ਭਰੂਗੀ? ਨੀਤ ਭਰ ਨੂੰ ਮੇਰੇ ਰਾਣੀ ਹਾਰ ਪਾਤਾ ਇਹਨਾਂ ਨੇ, ਕੀ ਕਰਤਾ? ਤੇਰੇ ਲੱਛਣ ਨੀ ਰਾਣੀ ਹਾਰ ਪਾਉਣ ਦੇ, ਅਗਲਾ ਉਹ ਵੀ ਪਾ ਦਿੰਦਾ। ਚੱਲ ਵਗ ਜਾ ਆ ਲਈਏ, ਮਾਰਦਾ ਬਾਹਲੀਆਂ ਗੱਲਾਂ। ਹੁਣ ਤੂੰ ਕਿਉਂ ਮੂੰਹ ਸਜਾਇਆ ਗਾ? ਮੈਂ ਇੰਨਾ ਖੁਸ਼ੀ ਖੁਸ਼ੀ ਵਰਤ ਰੱਖਿਆ ਸੀਗਾ। ਫਿਰ ਮੇਰੇ ਲਈ ਰੱਖਿਆ ਗਾ? ਫਿਰ ਮੈਂ ਖੁਸ਼ ਹਾਂਗਾ, ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸ, ਕਿਉਂ ਟੈਨਸ਼ਨ ਲੈਂਦੀ ਇਹਨਾਂ ਦੀ? ਚੱਲ ਚੱਲੀਏ ਬਾਜ਼ਾਰ ਚ ਲਈ ਘੁੰਮ ਕੇ ਆਈਏ। ਠੀਕ ਆ, ਆ ਜਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ, ਵੀਡੀਓ ਕਿੱਦਾਂ ਲੱਗੀ? ਲਾਈਕ ਕਮੈਂਟ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹਾਂਜੀ ਅਤੇ ਕਮੈਂਟ ਵਧੀਆ ਵਧੀਆ ਸਾਰੇ ਕਰਿਆ ਕਰੋ, ਅਸੀਂ ਸਾਰਿਆਂ ਦੇ ਕਮੈਂਟ ਪੜ੍ਹਦੇ ਹਾਂ। ਅਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ। ਥੈਂਕ ਯੂ, ਸਤਿ ਸ਼੍ਰੀ ਅਕਾਲ।